ਹਾਂਜੀ ਸਾਰਿਆਂ ਨੂੰ ਸਸਤੀ ਗਰਲਸ ਦਾ ਨਮਸਕਾਰ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਹਿੱਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚਲਦੇ ਹਾਂ ਆਪਣੀਆਂ ਅੱਜ ਦੀਆਂ ਨਿਊਜ਼ ਦੇ ਉੱਤੇ ਅੱਜ ਦੀ ਆਪਣੀ ਜਿਹੜੀ ਪਹਿਲੀ ਖਬਰ ਹੈ ਜੀ ਇਟਲੀ ਦੇ ਨਾਲ ਸਬੰਧਤ ਹੈ ਲੀਗਾ ਪਾਰਟੀ ਦੇ ਜਿਹੜੇ ਸੈਕਟਰੀ ਹਨ ਜਿਨ੍ਹਾਂ ਦਾ ਨਾਮ ਹੈ ਮਾਤੀਓ ਸਲਵਿਨੀ ਇਹਨਾਂ ਨੇ ਜਿਹੜੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਸਾਹਿਬ ਹਨ ਇਹਨਾਂ ਨੂੰ ਇੱਕ ਗੱਲ ਯਾਦ ਕਰਾਈ ਹੈ ਇਹਨਾਂ ਨੇ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਇਟਲੀ ਦੀ ਸਰਕਾਰ ਹੈ ਇਸ ਨੂੰ ਜਿਹੜੇ ਕੀਵ ਦੇ ਵਿੱਚ ਮਤਲਬ ਯੂਕਰੇਨ ਦੇ ਵਿੱਚ ਜਿਹੜੇ ਹਥਿਆਰਾਂ ਦੀ ਸਪਲਾਈ ਨਹੀਂ ਕਰਨੀ ਚਾਹੀਦੀ ਇੱਥੋਂ ਜਿੰਨੇ ਹੁਣ ਤੱਕ ਭੇਜ ਦਿੱਤੇ ਨੇ ਉਹ ਕਹਿੰਦੇ ਠੀਕ ਹਨ ਪਰੰਤੂ ਜਿਹੜੇ ਹਥਿਆਰਾਂ ਦੀ ਚੌਥੀ ਕਿਸ਼ਤ ਹੈ ਜੀ ਉਹ ਭੇਜਣ ਦੇ ਖਿਲਾਫ ਹਨ ਇਹਦੇ ਨਾਲ ਸਲਵਿਨੀ ਸਾਹਿਬ ਨੂੰ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਕਿ ਅਗਰ ਇਟਲੀ ਜਿਹੜਾ ਹਥਿਆਰਾਂ ਦੀ ਸਪਲਾਈ ਕਰਦਾ ਹੈ ਤਾਂ ਕੱਲ ਨੂੰ ਇਟਲੀ ਦੇ ਨਾਲ ਵੀ ਜਿਹੜੀ ਕੁਝ ਗੜਬੜ ਹੋਣ ਦਾ ਖਤਰਾ ਹੈ ਬਾਕੀ ਨੈਕਸਟ ਕਵਰ ਦੇ ਉੱਤੇ ਜਾਣ ਤੋਂ ਪਹਿਲਾਂ ਜਿਹੜੀ ਕੇਸ ਹੈ ਜੀ ਦੇਖ ਲਈਏ 13668 ਕੇਸ ਆਇਆ ਹੈ ਨਤੀ 3424 ਲੋਕਾਂ ਕਾ ਜਿਟਲੀ ਦੇ ਵਿੱਚ ਠੀਕ ਹੋ ਜਾਣ ਤੇ ਮਰਨਾਂ ਦੀ ਗਿਣਤੀ 102 ਤੀ ਪਹੁੰਚੀ ਹੈ ਇਸ ਤੋਂ ਇਲਾਵਾ ਜਿਹੜੀ ਤਾਸੂ ਦੀ ਪੋਸਟ ਤੇ 13% ਦੇ ਉੱਤੇ ਆ ਚੁੱਕੀ ਹੈ ਹੁਣ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਜਿਹੜੇ ਕੇਸ ਇੰਨੇ ਘੱਟ ਕਿਉਂ ਆ ਰਹੇ ਹਨ ਇਸ ਦੇ ਵਿੱਚ ਇਸ ਤਨਾਕ ਜਿਹੜੇ ਟੈਸਟ ਹੋਏ ਜਾਣ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ 1,04,793 ਟੈਸਟ ਹੋਇਆ ਹੈ ਕਈ ਵਾਰ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਦਿਨ ਦੇ ਵਿੱਚ ਤਕਰੀਬਨ 8-8 ਲੱਖ ਟੈਸਟ ਵੀ ਹੁੰਦਾ ਸੀ ਬਾਕੀ ਇਸ ਟਾਈਮ 7631 ਲੋਕ ਜਿਹੜੇ ਹਨ ਟੋਟਲ ਐਡਮਿਟ ਹਨ ਹਸਪੀਟਲਾਂ ਵਿੱਚ ਤੇ 353 ਲੋਕ ਪੂਰੀ ਇਟਲੀ ਦੇ ਵਿੱਚ ਇਸ ਟਾਈਮ ਆਈਸੀਯੂ ਦੇ ਵਿੱਚ ਭਰਤੀ ਹਨ ਕੋਵਿਡ ਦੀ ਵਜ੍ਹਾ ਦੇ ਨਾਲ ਚਲਦੇ ਜਾਂ ਆਪਣੀ ਨੈਕਸਟ ਖਬਰ ਉਤੇ ਨੈਕਸਟ ਖਬਰ ਜਿਹੜੀ ਆਪਣੀ ਇੱਕ ਟ੍ਰੈਜੇਡੀ ਹੋਈ ਹੈ ਲੋਨਾਤੇ ਦਿਲ ਗਰਦਾ ਦੇ ਵਿੱਚ ਜਿਹੜਾ ਕਿ ਬਰੇਸ਼ੀਆ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹਦੇ ਵਿੱਚ ਹੋਇਆ ਇਸ ਤਰ੍ਹਾਂ ਕਿ ਇੱਕ ਫੈਮਿਲੀ ਤੁਹਾਨੂੰ ਪਤਾ ਹੈ ਕਿ ਇਟਲੀ ਦੇ ਵਿੱਚ ਜਿਹੜੇ ਤਕਰੀਬਨ ਬੱਚੇ ਹੁੰਦੇ ਹਨ ਵੱਖਰੇ ਰਹਿੰਦੇ ਹਨ ਜਿਉਂ ਹੀ ਉਹ ਵੱਡੇ ਹੋ ਜਾਂਦੇ ਤੇ ਮਾਤਾ ਪਿਤਾ ਜਿਹੜੇ ਵੱਖਰੇ ਰਹਿੰਦੇ ਹੰਤੀ ਜਿਹੜੇ ਉਹਨਾਂ ਦੇ ਦਾਦਾ-ਦਾਦੀ ਹੁੰਦੇ ਹਨ ਉਹ ਵੱਖਰੇ ਰਹਿੰਦੇ ਹਨ ਹਰ ਕੋਈ ਜਿਹੜਾ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਹੈ ਇਸੀ ਤਰ੍ਹਾਂ ਇੱਕ ਫੈਮਿਲੀ ਜਿਹੜੀ ਕਿ ਆਪਣੇ ਦਾਦਾ-ਦਾਦੀ ਦੇ ਘਰ ਗ੍ਰੈਂਡਮਦਰ ਦੇ ਘਰ ਗਏ ਹੋਏ ਸਨ ਤੇ ਉੱਥੇ ਜਾ ਕੇ ਕੋਈ ਜਿਹੜਾ ਡਿਨਰ ਵਗੈਰਾ ਕਰ ਰਹੇ ਸਨ ਜਦੋਂ ਇਹ ਫੈਮਿਲੀ ਉੱਥੇ ਪਹੁੰਚਦੀ ਹੈ ਮੋਲੇ ਜਿਹੜੇ ਪੋਤੇ-ਪੁੱਤੀਆਂ ਉਹਨਾਂ ਦੇ ਆਪਣੇ ਪਰਿਵਾਰ ਦੇ ਨਾਲ ਤੇ ਉਹਨਾਂ ਦੇ ਵਿੱਚ ਇੱਕ 2 ਸਾਲ ਦਾ ਛੋਟਾ ਬੱਚਾ ਵੀ ਸੀ ਜਦੋਂ ਘਰ ਦੇ ਵਿੱਚ ਬੈਠੇ ਹੋਏ ਸਨ ਸਾਰੇ ਡਿਨਰ ਵਗੈਰਾ ਚੱਲ ਰਿਹਾ ਸੀ ਕੁਝ ਮੂਮੈਂਟ ਇਹੋ ਜਿਹੀਆਂ ਬਣੀਆਂ ਸਨ ਕਿ ਹਾਸਾ ਮਜ਼ਾਕ ਚੱਲ ਰਿਹਾ ਸੀ ਕੁਝ ਦੇ ਨਾਲ ਤੇ ਉਸ ਟਾਈਮ ਕੀ ਹੁੰਦਾ ਕਿ ਛੋਟੀ ਬੱਚੀ ਜਿਹੜੀ 2 ਸਾਲ ਦੀ ਸੀ ਆਪਣੇ ਘਰ ਦੇ ਵਿੱਚ ਉਹ ਅੱਖ ਬਚਾ ਕੇ ਗਾਰਡਨ ਦੇ ਵਿੱਚ ਚਲੀ ਜਾਂਦੀ ਹੈ ਹੁਣ ਜਿਹੜਾ ਪਰਿਵਾਰ ਸੀ ਜੀ ਇੱਕ ਵਧੀਆ ਪਰਿਵਾਰ ਸੀ ਇੱਕ ਤਗੜਾ ਪਰਿਵਾਰ ਸੀ ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਇੱਕ সুইমিਂਗ ਪੂਲ ਵੀ ਬਣਾ ਕੇ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉੱਥੇ ਹੀ ਇੱਕ ਹੋਰ ਆਦਮੀ ਜਿਸ ਨੇ ਕਿ ਉਸ ਤਲਾ ਦੇ ਵੱਲ ਨਜ਼ਰ ਮਾਰੀ ਤਾਂ ਦੇਖਿਆ ਕਿ ਜਿਹੜੇ ਕੁਝ ਬੂਟ ਵਗੈਰਾ ਸ਼ੂਜ਼ ਸਨ ਉਹ ਪਾਣੀ ਦੇ ਉੱਤੇ ਉਸ ਨੂੰ ਦਿਖਾਈ ਦਿੱਤੇ ਤੇ ਉਸ ਨੇ ਇੱਕਦਮ ਜਿਹੜੀ ਪਾਣੀ ਦੇ ਵਿੱਚ ਛਾਲ ਮਾਰੀ ਉਸ ਤੋਂ ਬਾਅਦ ਉੱਥੇ ਜਿੰਦਾ ਕਿ ਸਟਾਫ ਜਿਹੜਾ 118 ਦੇ ਕਾਲ ਜਦੋਂ ਕੀਤੀ ਗਈ ਤਾਂ ਡਾਕਟਰ ਤੇ ਪੈਰਾਮੈਡੀਕਲ ਜਿਹੜਾ ਸਟਾਫ ਮੌਕੇ ਦੇ ਉੱਤੇ ਪਹੁੰਚਦਾ ਹੈ ਤੇ ਬੱਚੀ ਨੂੰ ਰੈੱਡ ਕੋਡ ਦੇ ਨਾਲ ਜਿਹੜਾ ਸਿਵਲ ਹਸਪੀਟਲ ਬ੍ਰਿਸ਼ੀਆ ਦਾ ਸੀ ਜਿੱਥੇ ਲਿਜਾਇਆ ਜਾਂਦਾ ਹੈ ਜਿੱਥੇ ਬੱਚੀ ਕੋਮਾ ਦੇ ਵਿੱਚ ਚਲੀ ਜਾਂਦੀ ਹੈ ਤੇ ਕੋਮਾ ਦੇ ਵਿੱਚ ਜਾਣ ਤੋਂ ਬਾਅਦ ਫਿਰ ਦੂਸਰੇ ਦਿਨ ਉਸ ਦਾ ਜਿਹੜਾ ਬਸਾ ਹੈ ਜੀ ਉਹ ਬੰਦ ਹੋ ਜਾਂਦਾ ਹੈ ਤੇ ਉਸ 2 ਸਾਲ ਦੀ ਬੱਚੀ ਦੀ ਮੌਤ ਹੋ ਜਾਂਦੀ ਹੈ ਚਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਉੱਤੇ ਨੈਕਸਟ ਅਪਡੇਟ ਜੇ ਤੁਸੀਂ ਜਿਹੜਾ ਬੋਨਸ ਹੈ ਜੀ 5000 ਯੂਰੋ ਜਿੱਦਾਂ ਕਿਤੇ ਹੁੰਦਾ ਪਹਿਲਾਂ ਤੁਹਾਨੂੰ ਖਬਰ ਦੇ ਵਿੱਚ ਦੱਸਿਆ ਸੀ ਬਾਕੀ ਉਸ ਬੋਨਸ ਦੇ ਬਾਰੇ ਇੱਕ ਜਿਹੜਾ ਟਾਈਮ ਲਿਮਿਟ ਆ ਚੁੱਕਾ ਸਮਾਂ ਉਸ ਦੇ ਵਿੱਚ ਸਰਕਾਰ ਦੇ ਵੱਲੋਂ ਤੈਅ ਕਰ ਦਿੱਤਾ ਗਿਆ ਹੈ ਕਿ ਤੁਸੀਂ ਇਸ 5000 ਯੂਰੋ ਦਾ ਜਿਹ ਬੋਨਸ ਲੈਣਾ ਚਾਹੁੰਦੇ ਹੋ ਤਾਂ ਕਿੰਨਾ ਸਮਾਂ ਇਹਦੇ ਵਾਸਤੇ ਤੁਹਾਨੂੰ ਦੱਸਿਆ ਜਾ ਸਕਦਾ ਹੈ ਸਰਕਾਰ ਦੇ ਵੱਲੋਂ ਜਿਹੜੀ ਇਸ ਦੇ ਬਾਰੇ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਟਾਈਮ ਪੀਰੀਅਡ ਦੇ ਦਿੱਤਾ ਗਿਆ ਹੈ ਕਿਉਂਕਿ ਤਿੰਨ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਗਈ ਸੀ ਉਸ ਵਿੱਚ ਜਿਹੜਾ ਟਾਈਮ ਦੇ ਬਾਰੇ ਨਹੀਂ ਦੱਸਿਆ ਸੀ ਉਸ ਟਾਈਮ ਸਾਨੂੰ ਵੀ ਜਿਹੜੀ ਇਸ ਦੇ ਬਾਰੇ ਜਾਣਕਾਰੀ ਨਹੀਂ ਮਿਲੀ ਸੀ ਤੇ ਹੁਣ ਜਿਹੜਾ ਨਵਾਂ ਅਪਡੇਟ ਅੱਜ ਹੀ ਆਇਆ ਹੈ ਜਿਸ ਦੇ ਵਿੱਚ ਜਿਹੜੀ ਸਰਕਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜਾ ਬੋਨਸ ਹੈ ਜੀ ਦੀ ਮੈਕਸਿਮਮ ਟਾਈਮ ਲਿਮਿਟ 180 ਦਿਨ ਦੀ ਰੱਖੀ ਹੈ ਬਾਕੀ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਪੈਦਾ ਹੋ ਸਕਦੀ ਹੈ ਕਿਉਂਕਿ ਇਸ ਟਾਈਮ ਨਵੀਂ ਕਾਰ ਦੇ ਵਾਸਤੇ ਜਿਹੜੀ 12 ਮਹੀਨੇ ਬੰਦੇ ਨੂੰ ਵੇਟ ਕਰਨੀ ਪੈ ਸਕਦੀ ਹੈ ਕਿਉਂਕਿ ਇਸ ਟਾਈਮ ਇੱਕ ਜਿਹੜੀ ਚਿਪ ਜਿਹੜੀ ਕਾਰਾਂ ਦੇ ਵਿੱਚ ਲੱਗਦੀ ਹੈ ਉਹਦੀ ਇਸ ਟਾਈਮ ਬਹੁਤ ਜ਼ਿਆਦਾ ਪ੍ਰੋਬਲਮ ਪੂਰੇ ਵਰਲਡ ਦੇ ਵਿੱਚ ਚੱਲ ਰਹੀ ਹੈ ਤੇ ਕਾਰ ਕੰਪਨੀਆਂ ਨੂੰ ਖਾਸ ਕਰਕੇ ਜਿਹੜੀ ਇਸੀ ਕਾਮੀ ਬਹੁਤ ਵੱਡੇ ਪੱਧਰ ਦੇ ਉੱਤੇ ਆ ਰਹੀ ਹੈ ਤੇ ਜੇ ਹੁਣ ਦੱਸਿਆ ਗਿਆ ਕਿ ਕੰਪਨੀਆਂ ਦੇ ਵੱਲੋਂ ਜਿਹੜੀ ਵੇਟਿੰਗ ਟਾਈਮ ਹੈ ਜੀ ਇਸ ਟਾਈਮ 12 ਮਹੀਨੇ ਦੱਸਿਆ ਜਾ ਰਿਹਾ ਨਵੀਂ ਕਾਰ ਲੈਣ ਦੇ ਵਾਸਤੇ ਮਤਲਬ 8 ਤੋਂ ਲੈ ਕੇ 12 ਮਹੀਨੇ ਜਿਹੜਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਪਿੱਛੋਂ ਜਿਹੜਾ ਚਿਪ ਦੀ وجہ ਤੇ ਨਾਲ ਕਾਰਾਂ ਬਣਦੇ ਵਿੱਚ ਥੋੜਾ ਲੇਟ ਕੰਮ ਹੋ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਨੇ ਜਿਹੜਾ 6 ਮਹੀਨੇ ਦਾ ਟਾਈਮ ਦਿੱਤਾ ਹੈ ਤੇ ਇਹਦੇ ਨਾਲ ਇਹ ਲੱਗ ਰਿਹਾ ਲੋਕਾਂ ਨੂੰ ਡੀਲਰਾਂ ਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜਾ ਬੋਨਸ ਹੈ ਜੀ 5000 ਯੂਰੋ ਦਾ ਬੋਨਸ ਪ੍ਰਾਪਤ ਕਰਨਾ ਇਸ ਟਾਈਮ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ ਨਵੀਂ ਕਾਰ ਦੇ ਉੱਪਰ ਬਾਕੀ ਬਹੁਤੇ ਵੀਰ ਜਿਹੜੇ ਹਨ ਜੀ ਫੈਮਲੀ ਦੇ ਬਾਰੇ ਪੁਸ਼ਟੀਨ ਕਿ ਫੈਮਲੀ ਦੇ ਜਿਹੜੇ ਪੇਪਰ ਹਨ ਜੀ ਇਟਲੀ ਦੇ ਵਿੱਚ ਕਿਵੇਂ ਕਰੀਏ ਕੀ ਕਰੀਏ ਕੀ ਭਰਾਈਏ ਜਨਾਬ ਭਰਾਈਏ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਦੱਸਿਆ ਜਾਂਦਾ ਸੀ ਕਿ ਜ ਔਡੀਓ ਓਪਨ ਨਹੀਂ ਹੈ ਜਿੱਦਾਂ ਕਿ ਕੁਝ ਸਮੇਂ ਦੇ ਵਾਸਤੇ ਜਿਹੜਾ ਓਪਨ ਇਸ ਦੀ ਮੇਨਟੇਨੈਂਸ ਵਗੈਰਾ ਕਰ ਰਹੇ ਸਨ ਫਿਲਹਾਲ ਜਿਹੜੀ ਵੈਬਸਾਈਟ ਹੈ ਜੀ ਫਿਲਹਾਲ ਵੀ ਇਹ ਜੀ ਅੰਡਰ ਮੇਨਟੇਨੈਂਸ ਚੱਲ ਰਹੀ ਹੈ ਬਾਕੀ ਅੰਡਰ ਮੇਨਟੇਨੈਂਸ ਕਿਉਂ ਚੱਲ ਰਹੀ ਹੈ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੀ ਸਰਕਾਰ ਦੇ ਵੱਲੋਂ ਨਵੀਂ ਵੈਬਸਾਈਟ ਇੱਕ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਉਹ ਅੱਗੇ ਨਾਲ ਜਿਹੜਾ ਵਧੀਆ ਕੰਮ ਕਰਨਗੇ ਸੌਖਾ ਕੰਮ ਕਰਨਗੇ ਇਹਦੇ ਵਿੱਚ ਫੰਕਸ਼ਨ ਵਗੈਰਾ ਜਿਹੜੇ ਜ਼ਿਆਦਾ ਦਿੱਤੇ ਜਾਣਗੇ ਸੁਵਿਸ਼ ਕਰਕੇ ਇਸ ਦੇ ਵਿੱਚ ਜਿਹੜਾ ਸਮਾਂ ਲੱਗ ਰਿਹਾ ਹੈ ਬਾਕੀ ਫੈਮਿਲੀ ਬੰਦ ਪੇਪਰ ਜਿਹੜੇ ਹਨ ਜੀ ਬੰਦ ਕਰਨ ਦਾ ਹੋਰ ਕੋਈ ਵੀ ਲੌਜੀਕ ਇਸ ਦੇ ਪਿੱਛੇ ਨਹੀਂ ਹੈ ਸਿਰਫ ਇੱਕ ਮਰਮਤ ਦਾ ਕੰਮ ਤੁਸੀਂ ਕਹਿ ਸਕਦੇ ਹੋ ਕਿ ਮਰਮਤ ਦੀ ਵਜ੍ਹਾ ਦੇ ਨਾਲ ਜਿਹੜਾ ਕੁਝ ਇਸ ਦੇ ਵਿੱਚ ਠਹਿਰਾ ਆਇਆ ਹੋਇਆ ਹੈ ਜਿਵੇਂ ਇਹ ਵੈਬਸਾਈਟ ਜਿਹੜੀ ਹੈ ਜੀ ਚੱਲ ਪੈਂਦੀ ਹੈ ਉਸ ਤੋਂ ਬਾਅਦ ਜਿਹੜਾ ਕੰਮ ਹੈ ਜੀ ਪਹਿਲਾਂ ਵਾਂਗੂ ਤੜਲੇ ਨਾਲ ਚੱਲੇਗਾ ਬਾਕੀ ਸਾਡੇ ਇੱਕ ਵੀਰ ਨੇ ਪੁੱਛਿਆ ਸੀ ਕਿ ਕੀ ਉੱਤਲੀ ਵਿੱਚ ਰਹਿੰਦੇ ਹੋਏ ਆਪਣੇ ਮਾਤਾ ਪਿਤਾ ਦੇ ਪੇਪਰ ਭਰ ਸਕਦੇ ਹਨ ਤੇ ਇਹਦੇ ਵਿੱਚ ਤਨਵੀਰ ਦੱਸਦੇ ਕਿ ਹਾਂ ਜੀ ਤੁਸੀਂ ਮਾਤਾ ਪਿਤਾ ਦੇ ਪੇਪਰ ਭਰ ਸਕਦੇ ਹੋ ਪਰantu ਮਾਤਾ ਪਿਤਾ ਦੇ ਪੇਪਰ ਭਰਨ ਤੋਂ ਪਹਿਲਾਂ ਜਿਹੜੀ ਇੱਕੀ ਜ ਆਪਣੇ ਦਿਮਾਗ ਦੇ ਵਿੱਚ ਜ਼ਰੂਰ ਰੱਖ ਲਿਓ ਕਿ ਜੇ ਮਾਤਾ ਪਿਤਾ ਦੀ ਉਮਰ 65 ਸਾਲ ਤੋਂ ਉੱਪਰ ਹੈ ਤੇ ਤੁਸੀਂ ਇਟਲੀ ਵਿੱਚ ਉਹਨਾਂ ਨੂੰ ਸਾਧ ਰਹੇ ਹੋ ਪੱਕੇ ਪੇਪਰਾਂ ਦੇ ਉੱਪਰ ਤਾਂ ਜਿਹੜਾ ਡਾਕਟਰੀ ਕਾਰਡ ਹੈ ਜੀ ਉਹਦੇ ਉੱਤੇ ਪੈਸਾ ਤੁਹਾਡਾ ਬਹੁਤ ਜ਼ਿਆਦਾ ਲੱਗਦਾ ਹੈ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਕਮਾਈ ਕਰਦੇ ਹੋ ਖੁਦ ਜਿੰਨੀ ਵੀ ਤੁਹਾਡੀ ਕਮਾਈ ਹੋਏਗੀ ਉਹਦੇ ਵਿੱਚੋਂ ਸੱਤ ਜ਼ਰੂਰ ਹਨ ਜਿਹੜੇ 100 ਦੇ ਪਿੱਛੇ ਉਹ ਤੁਹਾਨੂੰ ਜਿਹੜੇ ਡਾਕਟਰੀ ਕਾਰਡ ਬਣਾਉਣ ਦੇ ਉੱਤੇ ਹੀ ਲੱਗ ਜਾਣਗੇ ਜਾਂ ਦੇਣੇ ਪੈਣਗੇ ਅਜ਼ਿਲ ਵਾਲਿਆਂ ਨੂੰ ਉਸ ਤੋਂ ਬਾਅਦ ਵੀ ਡਾਕਟਰੀ ਕਾਰਡ ਜਿਹੜਾ ਹੈ ਜੀ 31 ਦਸੰਬਰ ਨੂੰ ਹਰ ਸਾਲ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਬੇਸ਼ੱਕ ਤੁਸੀਂ ਨਵੰਬਰ ਦੇ ਵਿੱਚ ਬਣਾਵੋ ਤੇ ਇੱਕ ਮਹੀਨੇ ਬਾਅਦ ਇਹ ਖਤਮ ਹੋ ਜਾਵੇਗਾ ਜੇ ਤੁਸੀਂ ਜਨਵਰੀ ਵਿੱਚ ਬਣਾਓਗੇ ਤਾਂ ਵੀ ਇਹ 31 ਦਸੰਬਰ ਨੂੰ ਖਤਮ ਹੋ ਜਾਵੇਗਾ ਤੇ ਉਸ ਤੋਂ ਬਾਅਦ ਅਗਲੇ ਸਾਲ ਫਿਰ ਤੁਹਾਨੂੰ ਦੁਬਾਰਾ ਜਨਵਰੀ ਵਿੱਚ ਬਣਾਉਣਾ ਪਵੇਗਾ ਬਾਕੀ 2022 ਵਾਲੇ ਜਿਹੜੇ ਪੇਪਰ ਹਨ ਖੇਤੀਬਾੜੀ ਦੇ ਵਿੱਚ ਜਿਹਨਾਂ ਲੋਕਾਂ ਨੇ ਪੇਪਰ ਭਰਾਈ ਸਨ ਉਹਨਾਂ ਕੁਝ ਬਿਰਲਾ-ਵਿਰਲਾ ਜਿਹੜਾ ਪੇਪਰ ਹੈ ਜੂ ਨਿਕਲ ਰਿਹਾ ਹੈ। ਬਾਕੀ ਜਿਹਨਾਂ ਲੋਕਾਂ ਨੇ ਇਹ ਫੈਕਟਰੀ ਵਗੈਰਾ ਦੇ ਵਿੱਚ ਪੱਕੇ ਪੇਪਰ ਭਰਾਈ ਹੋਏ ਸਨ ਉਹਨਾਂ ਦੇ ਪੇਪਰ ਜਿਹੜੇ ਬਹੁਤ ਘੱਟ ਕਹਿ ਸਕਦੇ ਹਾਂ ਕੋਈ ਖਾਸ ਜਾਣਕਾਰੀ ਸਾਡੇ ਕੋਲ ਨਹੀਂ ਆਈ। ਬਾਕੀ ਜਿਹਨਾਂ ਲੋਕਾਂ ਨੇ ਪਹਿਲਾਂ ਪੇਪਰ ਭਰਾਈ ਸਨ 2021 ਦੇ ਵਿੱਚ ਉਹਨਾਂ ਦੇ ਜਿਹੜੇ ਚਾਂਸ ਹਨ ਜਿਵੇਂ ਨਾਲੋਂ ਘੱਟ ਚੁੱਕੇ ਹਨ। ਜਿਨ੍ਹਾਂ ਨੇ 2020 ਦੇ ਵਿੱਚ ਪੇਪਰ ਭਰਾਈ ਹੋਏ ਉਹਨਾਂ ਦੇ ਚਾਂਸ ਜਿਹੜੇ ਹਨ ਹੋਰ ਜ਼ਿਆਦਾ ਘੱਟ ਚੁੱਕੇ ਹਨ। ਕਿਉਂਕਿ ਜਿੱਦਾਂ ਜਿੱਦਾਂ ਨਵੇਂ ਸਾਲ ਦੇ ਪੇਪਰ ਫਿਰ ਵੀ ਜੇ ਤੁਸੀਂ 2022 ਦੇ ਵਿੱਚ ਪੀਪਰ ਪ੍ਰਾਈ ਹੰਤੇ ਇਹਦੇ ਵਾਸਤੇ ਘੱਟ ਤੋਂ ਘੱਟ ਜਿਹੜਾ 6-7 ਮਹੀਨੇ ਜਿਹੜੀ ਵੇਟ ਜ਼ਰੂਰ ਕਰ ਲੈਣੀ ਚਾਹੀਦੀ ਹੈ ਕਿਉਂਕਿ ਇੰਨਾ ਟਾਈਮ ਜਿਹੜਾ ਪੱਕੇ ਪੀਪਰਾਂ ਦੇ ਵਾਸਤੇ ਜਿਹੜੇ ਏਜੰਟ ਲੋਕ ਹੁੰਦਿਆਂ ਉਹ ਵੀ ਮੰਗਦੇ ਹਨ ਨੈਕਸਟ ਘਟਨਾ ਜਿਹੜੀ ਆਪਣੀ ਇਟਲੀ ਦਾ ਇੱਕ ਮਿਲਾਨ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ ਮਿਲਸੋ ਇਹਦੇ ਵਿੱਚ ਇੱਕ ਘਟਨਾ ਹੋਈ ਹੈ ਹੋਇਆ ਇਦਾਂ ਕਿ ਇੱਕ ਇਲਾਕਾ ਪੈਂਦਾ ਹੈ ਵਿਆ ਪਲਮੀਰੋ ਤੋਂ ਲਿਆਤੀ ਮਿਲਸੋ ਦੇ ਵਿੱਚ ਇਹਦੇ ਵਿੱਚ ਇੱਕ ਔਰਤ ਜਿਹੜੀ ਕਿ 56 ਸਾਲ ਦੀ ਉਮਰ ਸੀ ਤੇ ਸਾਈਕਲ ਦੇ ਉੱਤੇ ਜਿੱਦਾਂ ਇੱਕ ਸਾਈਕਲਿੰਗ ਕਰ ਰਹੀ ਸੀ ਤੇ ਇੱਕ ਕਾਰ ਜਿਹੜੀ ਆ ਕੇ ਇਸ ਨੂੰ ਟੱਕਰ ਮਾਰਦੀ ਹੈ ਕਾਰ ਜਦੋਂ ਇਸ ਨੂੰ ਟੱਕਰ ਮਾਰਦੀ ਹੈ ਤੇ ਇਸ ਜਿਹੜੀ ਔਰਤ ਸੀ ਜੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਡਿੱਗਦੀ ਹੈ ਤੇ ਸੀਰੀਅਸ ਹਾਲ ਦੇ ਵਿੱਚ ਜ਼ਮੀਨ ਦੇ ਉੱਤੇ ਡਿੱਗਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਜੀ ਐਂਬੂਲੈਂਸ ਨੂੰ ਸੱਦੇ ਜਾਂਦੇ ਐਂਬੂਲੈਂਸbmod ਜਿਹੜੀ ਹੈਲੀਕਾਪਟਰ ਦੇ ਥਰੂ ਇਸ ਨੂੰ ਜਿਹੜਾ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਸਾਨ ਜਿਆਰਦੋ ਹਸਪੀਟਲ ਜਿਹੜਾ ਕਿ ਮੌਨਸਾ ਦੇ ਵਿੱਚ ਪੈਂਦਾ ਉੱਥੇ ਇਸ ਨੂੰ ਬਹੁਤ ਹੀ ਜ਼ਿਆਦਾ ਸੀਰੀਅਸ ਹਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕਦਮ ਜਿਹੜਾ ਹਸਪੀਟਲ ਵਿੱਚ ਲਿਜਾ ਕੇ ਜਿਹੜਾ ਇਸ ਔਰਤ ਦੇ ਟਿਊ ਤਾਂ ਕਿ ਆਕਸੀਜਨ ਵਗੈਰਾ ਲਾਇਆ ਤੇ ਜਿਵੇਂ ਉਸ ਟਾਈਮਸ ਇੱਕਦਮ ਹੀ ਜਿਹੜੀ ਔਰਤ ਹੈ ਜੀ ਕੋਮਾ ਦੇ ਵਿੱਚ ਚਲੀ ਜਾਂਦੀ ਹੈ। ਇਸੇ ਕਰਕੇ ਇਟਲੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹਨ ਮੋਤਰੀਨੋ ਵਗੈਰਾ ਜਾਂ ਮੋਟਰਸਾਈਕਲ ਜਾਂ ਸਾਈਕਲ ਚਲਾਉਣ ਤੋਂ ਲੋਕ ਡਰਦੇ ਹਨ ਖਾਸ ਕਰ ਸੜਕਾਂ ਦੇ ਉੱਪਰ ਕਿਉਂਕਿ ਅਗਰ ਸਾਈਕਲ ਸਕੂਟਰ ਜਾਂ ਮੋਟਰਸਾਈਕਲ ਦੇ ਵਿੱਚ ਅਗਰ ਕਾਰ ਥੋੜੀ ਜਿਹੀ ਵੀ ਟੱਕਰ ਮਾਰਦੀ ਹੈ ਤੇ ਜਿਹੜੇ ਇਹਨਾਂ ਲੋਕਾਂ ਦੀ ਕਿਉਂਕਿ ਦੋ ਪਹੀਆਂ ਦੇ ਉੱਤੇ ਸਵਾਰ ਹੁੰਦੇ ਹਨ ਤੇ ਇਹਨਾਂ ਦੀ ਜਿਹੜੀ ਹਾਲਤ ਹੈ ਜੀ ਖਰਾਬ ਹੋ ਜਾਂਦੀ ਹੈ ਤੇ ਕਾਰ ਵਾਲੇ ਬੰਦੇ ਦਾ ਕੁਝ ਖਾਸ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਾਰ ਜਿਹੜੀ ਆਪਣੇ ਭਾਰ ਦੇ ਨਾਲ ਹੀ ਤੇ ਬੰਦਾ ਉਸ ਦੇ ਵਿੱਚ ਬੈਠਾ ਸੀ ਫਰਿੰਦਾ ਹੈ। ਬਾਕੀ ਕੁਝ ਵੀਰਾਂ ਦੇ ਕਮੈਂਟ ਆਏ ਸਨ ਉਹਨਾਂ ਨੇ ਪੁੱਛਿਆ ਸੀ ਕਿ ਉਹਨਾਂ ਦੀ ਜਿਹੜੀ ਸਜੂਰਨ ਹੋਏ ਜਿੱਦਾਂ ਕਿ ਕਾਫੀ ਲੇਟ ਸਜੂਰਨ ਹੋ ਰਹੀਆਂ ਹਨ। ਤੇ ਉਹਨਾਂ ਨੇ ਖੇਤੀ ਦੇ ਜਿੱਦਾਂ ਕਿ ਪੇਪਰ ਇੱਥੇ ਭਰਾਈ ਹੁੰਦਾ ਇੱਥੇ ਸਜੂਰਨ ਨੂੰ ਦੇ ਵਾਸਤੇ ਅਪਲਾਈ ਕੀਤਾ ਸੀ ਇਟਲੀ ਦੇ ਵਿੱਚ। ਤੇ ਇਹਦੇ ਵਿੱਚ ਤੁਹਾਨੂੰ ਇਹ ਦੱਸ ਦਈਏ ਕਿ ਫਿਲਹਾਲ ਜਿਹੜਾ ਇਟਲੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਨ ਜਿਨ੍ਹਾਂ ਦੇ ਪੇਪਰ ਸਾਰਾ ਕੁਝ ਓਕੇ ਹੋ ਚੁੱਕਾ ਹੈ ਉਹਨਾਂ ਨੂੰ ਸਜੂਰਨ ਨੂੰ ਦੇ ਵਾਸਤੇ ਹਰੀ ਚੰਡੀ ਮਿਲ ਚੁੱਕੀ ਹੈ। ਪਰੰਤੂ ਸਜੂਰਨ ਵਗੈਰਾ ਜਿਹੜੀਆਂ ਲੇਟ ਬਾਕੀ ਹਮਸਾਲਿਆਂ ਦੇ ਪੈਸੇ ਜਿਹੜੇ ਹਨ ਪਤਾ ਕੀਤਾ ਹੈ ਬਹੁਤੇ ਲੋਕਾਂ ਤੋਂ ਜਾਣਕਾਰੀ ਜਿਹੜੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਕਈਆਂ ਲੋਕਾਂ ਨੂੰ ਜਿਹੜੇ 13 ਮਈ ਨੂੰ ਜਿਹੜੇ ਸੀ ਜੀਓ ਮੈਸੇਜ ਆ ਚੁੱਕੇ ਸਨ ਕਿ ਉਹਨਾਂ ਦੇ ਜਿਹੜੇ ਪੈਸੇ ਹਨ ਪਹੁੰਚ ਚੁੱਕੇ ਹਨ ਤੇ ਕਈਆਂ ਵੀਰਾਂ ਦੇ ਜਿਹੜੇ 13 ਮਈ ਤੱਕ ਪੈਸੇ ਅਕਾਊਂਟ ਦੇ ਵਿੱਚ ਵੀ ਆ ਚੁੱਕੇ ਹਨ ਅਸਿਆਂ ਨੂੰ ਨੀਕੋ ਦੇ ਤੇ ਤੁਸੀਂ ਵੀ ਜਿਹੜਾ ਆਪਣਾ ਜੀਓ ਐਪ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੇ ਉਹ ਤੁਹਾਨੂੰ ਮੈਸੇਜ ਵਗੈਰਾ ਉਸ ਦੇ ਉੱਪਰ ਆਇਆ ਹੈ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਅਕਾਊਂਟ ਦਿੱਤਾ ਹੋਇਆ ਉਸ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੇ ਹੋ ਪਤਾ ਤੁਹਾਨੂੰ ਲੱਗ ਜਾਵੇਗਾ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਵੀ ਉਹ ਕੰਮ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 1 ਘੰਟੇ ਦੇ ਕਿੰਨੇ ਪੈਸੇ ਮਿਲਦੇ ਹਨ ਤੇ ਅਸੀਂ ਸਾਰਿਆਂ ਦੇ ਜਿਹੜੇ ਕਮੈਂਟਸ ਸਟੱਡੀ ਕੀਤੇ ਹਨ ਤੇ ਨੈਕਸਟ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਕਿ ਨਾਮ ਵੀ ਆਪਾਂ ਉਹਨਾਂ ਵੀਰਾਂ ਦੇ ਦੱਸੀਏ ਜਿਨ੍ਹਾਂ ਨੇ ਇਹੋ ਜਿਹੀ ਸਾਨੂੰ ਜਿਹੜੀ ਜਾਣਕਾਰੀ ਦੱਸੀ ਹੈ ਬਾਕੀ ਇੱਕ ਹੋਰ ਜਾਣਕਾਰੀ ਆਪਾਂ ਸਰਵੇ ਕਰਾਂਗੇ ਪੂਰੀ ਇਟਲੀ ਦੇ ਵਾਸਤੇ ਕਿ ਜਿਹੜੇ ਵੀਰ ਜਿੱਥੇ ਵੀ ਰਹਿੰਦੇ ਹਨ ਉਹ ਜਿਹੜੀ ਸੈਲਰੀ ਵਗੈਰਾ ਕਿੰਨੀ ਇੱਕ ਮਹੀਨੇ ਦੀ ਐਵਰੇਜ ਉਸ ਇਲਾਕੇ ਵਿੱਚ ਮਿਲ ਜਾਂਦੀ ਹੈ ਉਹ ਕਮੈਂਟ ਦੇ ਵਿੱਚ ਦੱਸ ਸਕਦੇ ਹਨ ਜੇ ਇੱਕ ਫੈਕਟਰੀ ਵਰਕਰ ਜਾਂ ਖੇਤੀ ਦਾ ਕੰਮ ਕਰਨ ਵਾਲਾ ਬੰਦਾ ਕਿੰਨੇ ਪੈਸੇ ਇੱਕ ਮਹੀਨੇ ਦੀ ਚੁੱਕਦਾ ਹੈ ਇਹਦੇ ਨਾਲ ਜਿਹੜੀ ਜਾਣਕਾਰੀ ਦੇ ਨਾਲ ਹੋਏਗਾ ਕਿ ਇਹਦੇ ਨਾਲ ਜਿਹੜਾ ਇਹ ਤਰ੍ਹਾਂ ਹੋਏਗਾ ਕਿ ਜਿਹੜੇ ਇਟਲੀ ਦੇ ਵਿੱਚ ਸਾਡੇ ਸਾਰੇ ਵੀ ਰਹਿੰਦੇ ਹਨ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਇੱਕ ਸਾਰਿਆਂ ਨੂੰ ਆਈਡੀਆ ਮਿਲ ਜਾਵੇਗਾ ਕਿ ਫਲਾਣੇ-ਫਰਾਨੇ ਇਲਾਕੇ ਦੇ ਵਿੱਚ ਕਿੰਨਾ ਕੋ ਬੰਦਾ ਪੈਸੇ ਕਮਾ ਸਕਦਾ ਹੈ ਇਹਦੇ ਨਾਲ ਜਿਹੜਾ ਆਪਣੇ ਪੰਜਾਬੀਆਂ ਦਾ ਹੋਰ ਜ਼ਿਆਦਾ ਗਿਆਨ ਵਧੇਗਾ ਸੂਇਸ ਕਰਕੇ ਤੁਸੀਂ ਜਿਸ ਵੀ ਇਲਾਕੇ ਦੇ ਵਿੱਚ ਰਹਿੰਦੇ ਹੋ ਉਸ ਇਲਾਕੇ ਵਿੱਚ ਕੀ ਸੈਲਰੀ ਵਗੈਰਾ ਚੱਲਦੀ ਹੈ ਤੁਸੀਂ ਜਰੂਰ ਦੱਸੋ ਉਸ ਦੇ ਬਾਰੇ ਜੇ ਕੋਈ ਬੰਦਾ ਡਰਾਈਵਰੀ ਦਾ ਕੰਮ ਕਰਦਾ ਹੈ ਤੂੰ ਵੀ ਦੱਸੇ ਕਿ ਡਰਾਈਵਰ ਨੂੰ ਕਿੰਨੀ ਸੈਲਰੀ ਕਿਸ ਇਲਾਕੇ ਵਿੱਚ ਮਿਲਦੀ ਹੈ ਕਿਉਂਕਿ ਇੱਕ ਬੰਦੇ ਵਾਸਤੇ ਜਿਹੜਾ ਸਰਵੇ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਹੈ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਆਪਾਂ ਇਹੋ ਜਿਹੇ ਜਿਹੜੇ ਸਰਵੇ ਹਨ ਆਪਾਂ ਇਸ ਚੈਨਲ ਦੇ ਉੱਤੇ ਕਰ ਸਕਦੇ ਹਾਂ ਤਾਂਕਿ ਜਿਹੜੇ ਬਾਕੀ ਵੀਰਾਂ ਨੂੰ ਵੀ ਜਾਣਕਾਰੀ ਮਿਲ ਸਕੇ ਬਾਕੀ ਤੁਸੀਂ ਵੀਡੀਓ ਦੇਖਦੇ ਹੋ ਡੇਲੀ ਦੇਖਦੇ ਹੋ ਡੇਲੀ ਲਾਈਕ ਕਰਦੇ ਹੋ ਇਸ ਦੇ ਬਾਰੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਦੇ ਲੋ ਧੰਨਵਾਦ